ਹਾਂ ਜੀ ਵੀਰੋ, ਹੈਲੋ। ਆਪਾਂ ਤੁਹਾਡੇ ਅੱਗੇ ਵੀ ਗੱਲ ਕੀਤੀ ਸੀ ਕਿ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਇੱਕ ਬਹੁਮਤ ਜਿੱਤ ਕੇ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਕਿਉਂ? ਕਿਉਂਕਿ ਪੰਜਾਬ 'ਚ ਨੈਂਸੀ ਗਰੇਵਾਲ ਵਰਗਿਆਂ ਦਾ ਵੱਡੇ ਲੈਵਲ 'ਤੇ ਨਸ਼ਾ ਵਿਕਦਾ ਹੈ ਅਤੇ ਸਿੰਘ ਸਾਹਿਬ ਨਸ਼ਾ ਡੱਕਦੇ ਸੀ, ਅਤੇ ਜੇ ਉਹ ਬਾਹਰ ਆਉਣਗੇ ਤਾਂ ਉਹ ਨਸ਼ਾ ਡੱਕਣਗੇ। ਸਿੱਧੀ ਜੀ ਗੱਲ ਆ ਨਾ, ਸਿੱਧੀ ਜੀ ਗੱਲ ਆ, ਉਹ ਨਸ਼ਾ ਰੋਕਣਗੇ, ਨੌਜਵਾਨ ਉਹਨਾਂ ਪਿੱਛੇ ਲੱਗਣਗੇ, ਨਸ਼ਾ ਛੱਡਣਗੇ। ਅਤੇ ਨੈਂਸੀ ਗਰੇਵਾਲ ਜੋ ਕਿ ਨਸ਼ੇ ਦਾ ਰਾਕਟ ਚਲਾਉਂਦੀ ਆ, ਇੱਕ ਬਹੁਤ ਵੱਡਾ ਰੈਕਟ ਆ ਇਹਦਾ, ਉੱਥੋਂ ਕਨੇਡਾ ਤੋਂ ਬੈਠ ਕੇ ਓਪਰੇਟ ਕਰਦੀ ਆ, ਕਰੋੜਾਂ ਦੀ ਕਮਾਈ ਆ। ਅਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਪੰਜਾਬ ਦਾ ਜਿਹੜਾ ਬਿਜ਼ਨਸ ਆ ਉਹ ਸਾਰਾ ਇਹਦੇ ਕੋਲ ਆ, ਨੈਂਸੀ ਗਰੇਵਾਲ ਕੋਲ। ਅਤੇ ਯਕੀਨਨ ਜੀ ਗੱਲ ਆ ਕਿ ਨੈਂਸੀ ਗਰੇਵਾਲ ਕੋਲ ਜੇ ਪੰਜਾਬ ਦਾ ਸਾਰਾ ਬਿਜ਼ਨਸ, ਸਾਰਾ ਡਰੱਗ ਪ੍ਰੋਫਿਟ ਆ, ਅਤੇ ਸਿੱਧੀ ਜੀ ਗੱਲ ਆ ਕਿ ਉਹ ਕਦੇ ਵੀ ਨਹੀਂ ਚਾਹੂਗੀ ਕਿ ਉਹਦਾ ਐਡਾ ਵੱਡਾ ਪ੍ਰੋਫਿਟ ਲੋਸ ਹੋਵੇ। ਇਹ ਗੱਲ ਸਮਝਣ ਵਾਲੀ ਹੈ ਨਾ। ਅਤੇ ਇਹਦੇ ਦੱਸਦੇ ਲਿੰਕ ਵੀ ਬੜੇ ਤਕੜੇ ਆ, ਵੱਡੇ ਵੱਡੇ ਦੇਸ਼ਾਂ ਦੇ ਪ੍ਰੈਜ਼ੀਡੈਂਟ, ਵੱਡੇ ਵੱਡੇ ਦੇਸ਼ਾਂ ਦੇ ਗ੍ਰਹਿ ਮੰਤਰੀ, ਵੱਡੇ ਵੱਡੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਇਹਦੀ ਚੰਗੇ ਤਾਲੁਕਾਤ ਆ, ਚੰਗੀ ਇਹਦੀ ਗੱਲਬਾਤ ਆ। ਅਤੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਠੀਕ ਆ, ਉਹਦੇ ਪਿੱਛੇ ਪੰਜਾਬ ਦੇ ਲੋਕ ਆ, ਅਤੇ ਉਹ ਖਡੂਰ ਸਾਹਿਬ ਤੋਂ MP ਬਣੇ ਆ, ਪਰ ਇਹਦੇ ਹਿਸਾਬ ਨਾਲ ਤਾਂ ਉਹਨਾਂ ਦੀ ਤਾਕਤ ਨਹੀਂ ਹੈਗੀ। ਇਹ ਤਾਂ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੂੰ ਜਾਣਦੀ ਆ, ਅਤੇ ਇਹ ਇੱਕ ਬਹੁਤ ਵੱਡਾ ਫੈਕਟਰ ਆ ਇਹ ਜਿਹੜਾ ਡਰੱਗ ਮਾਫੀਆ, ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ, ਇਹ ਇੱਕ ਬਹੁਤ ਵੱਡਾ ਮਾਫੀਆ ਆ। ਇਹ ਮਾਫੀਆਵਾਂ ਦੀ ਗੇਮ ਆ, ਡਰੱਗ ਮਾਫੀਆਵਾਂ ਦੀ ਇਹ ਇੱਕ ਬਹੁਤ ਵੱਡੀ ਗੇਮ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਨੈਂਸੀ ਗਰੇਵਾਲ ਇੱਕ ਬਹੁਤ ਵੱਡੇ ਲੈਵਲ 'ਤੇ ਆ, ਇੱਕ ਮਤਲਬ ਜਿਹੜੇ ਮੇਨ ਗੇਮਰ ਆ ਉਹਨਾਂ ਵਿੱਚੋਂ ਸਭ ਤੋਂ ਨੰਬਰ 1 ਨੈਂਸੀ ਗਰੇਵਾਲ ਆ, ਜੋ ਕਨੇਡਾ 'ਚ ਬੈਠ ਕੇ ਆਪਣਾ ਪੂਰੇ ਵਰਲਡ 'ਚ ਡਰੱਗ ਓਪਰੇਟ ਕਰਦੀ ਆ ਅਤੇ ਪੰਜਾਬ ਦਾ ਪੂਰਾ ਪ੍ਰੋਫਿਟ ਲੈਂਦੀ ਆ, ਹੈ ਨਾ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਸਾਰਾ ਪ੍ਰੋਫਿਟ ਇਹਦੇ ਕੋਲ ਆਉਂਦਾ ਆ। ਅਤੇ ਸਿੱਧੀ ਜੀ ਗੱਲ ਆ, ਜੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਇਸ ਇਲਾਕੇ ਵਿੱਚ ਖੜ੍ਹੇ ਜਿੱਤਦੇ ਆਉਂਦੇ ਆ ਬਾਹਰ, ਅਤੇ ਇਲਾਕੇ ਦਾ ਵਿਕਾਸ ਕਰਦੇ ਆ, ਅਤੇ ਸਭ ਤੋਂ ਪਹਿਲਾਂ ਤਾਂ ਉਹ ਨਸ਼ੇ ਨੂੰ ਬੰਦ ਕਰਾਉਣਗੇ। ਜੇ ਉਹ ਨਸ਼ੇ ਨੂੰ ਬੰਦ ਕਰਾਉਣਗੇ ਤਾਂ ਨੈਂਸੀ ਗਰੇਵਾਲ ਵਰਗਿਆਂ ਦਾ ਜਿਹੜਾ ਪ੍ਰੋਫਿਟ ਆ ਉਹ ਲੋਸ ਹੋਊਗਾ। ਅਤੇ ਇਸ ਗੇਮ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਵੱਧ ਤੋਂ ਵੱਧ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਧ ਤੋਂ ਵੱਧ ਸਮਾਂ ਉਹਨਾਂ ਨੂੰ ਅੰਦਰ ਰੱਖਿਆ ਜਾ ਸਕੇ, ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਦਿਨ ਤੱਕ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਰਹਿਣਗੇ। ਕਿਉਂਕਿ ਇੱਕ ਵਾਰੀ ਨਾਕਾਮੀ ਹੋ ਸਕਦੀ ਆ, ਦੋ ਵਾਰ ਨਾਕਾਮੀ ਹੋ ਸਕਦੀ ਆ, ਤਿੰਨ ਵਾਰ ਨਾਕਾਮੀ ਹੋ ਸਕਦੀ, ਚੌਥੀ ਵਾਰ ਨਾਕਾਮੀ ਬਹੁਤ ਵਾਰ ਨਾਕਾਮੀ ਨਹੀਂ ਹੋਵੇਗੀ। ਅਤੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ। ਅਤੇ ਆਪਣੀ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਭਾਈ ਸਾਹਿਬ ਵਾਸਤੇ ਅਰਦਾਸ ਕੀਤੀ ਜਾਵੇ, ਮਹਾਰਾਜ ਅੱਗੇ ਬੇਨਤੀ ਕੀਤੀ ਜਾਵੇ ਕਿ ਉਹ ਬਹੁਤ ਜਲਦੀ ਪੰਜਾਬ ਤੋਂ ਆਪਣੇ ਜਿਹੜੀ ਵੀ ਉਹਨਾਂ ਦੀ ਜ਼ਿੰਮੇਦਾਰੀ ਆ ਉਹ ਜੁਆਇਨ ਕਰਨ, ਚੇਅਰਪਰਸਨ ਬਣਨ, ਅਤੇ ਪੰਜਾਬ ਦੇ ਹਾਲਤ ਸੁਧਰਨ। ਪੰਜਾਬ ਦੇ ਹਾਲਤ ਬੜੇ ਮਾੜੇ ਆ, ਹਾਲਾਤ ਬੜੇ ਮਾੜੇ ਆ, ਅਤੇ ਉਹ ਬਦਲਣ। ਬਹੁਤ ਬਹੁਤ ਧੰਨਵਾਦ ਵੀਰੋ, ਬਹੁਤ ਬਹੁਤ ਧੰਨਵਾਦ।